ਸਤਿ ਸ੍ਰੀ ਅਕਾਲ ਜੀ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਰਪ੍ਰੀਤ ਸਿੰਘ ਗਿੱਲ। ਇੱਕ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਸਟਰੀਆ ਦੇ ਚਾਂਸਲਰ ਨਾਲ ਕੀਤੀ ਮੁਲਾਕਾਤ। ਭਾਰਤ ਆਸਟਰੀਆ ਦੇ ਸਾਂਝੇ ਬਿਆਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਤਾ ਵੱਡਾ ਬਿਆਨ, ਕਿਹਾ ਇਹ ਜੰਗ ਦਾ ਸਮਾਂ ਨਹੀਂ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸ਼ੰਭੂ ਬਾਰਡਰ ਉੱਤੇ ਬਾਂਦਰਾ ਖੋਲਣ ਦੇ ਹੁਕਮ ਕੀਤੇ ਜਾਰੀ, ਕਿਹਾ ਇੱਕ ਹਫ਼ਤੇ ਵਿੱਚ ਹਟਾਈ ਜਾਵੇ ਬੈਰੀਕੇਡਿੰਗ। ਜਲੰਧਰ ਪੱਛਮੀ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਵੋਟਿੰਗ ਪ੍ਰਕਿਰਿਆ ਅਮਨ ਅਮਾਨ ਨਾਲ ਮੁਕੰਮਲ। ਸ਼ਾਮ 5 ਵਜੇ ਤੱਕ ਤਕਰੀਬਨ 51% ਵੋਟ ਹੋਈ ਪੋਲ। ਤੇ ਹੁਣ ਖ਼ਬਰਾਂ ਵਿਸਥਾਰ ਨਾਲ। ਭਾਰਤ ਆਸਟਰੀਆ ਸਾਂਝੇ ਬਿਆਨ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇੱਕ ਵਾਰ ਫਿਰ ਤੋਂ ਕਿਹਾ ਕਿ ਜੰਗ ਦਾ ਸਮਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਚਾਂਸਲਰ ਨੇਹਮੇਅਰ ਅਤੇ ਉਨ੍ਹਾਂ ਨੇ ਦੁਨੀਆ ਵਿੱਚ ਚੱਲ ਰਹੇ ਸਾਰੇ ਸੰਘਰਸ਼ਾਂ ਉੱਤੇ ਵਿਸਥਾਰ ਦੇ ਨਾਲ ਚਰਚਾ ਕੀਤੀ ਹੈ, ਚਾਹੇ ਉਹ ਯੂਕਰੇਨ ਦਾ ਸੰਘਰਸ਼ ਹੋਵੇ ਜਾਂ ਫਿਰ ਪੱਛਮੀ ਏਸ਼ੀਆ ਦੀ ਸਥਿਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਪਹਿਲਾਂ ਵੀ ਕਹਿ ਚੁੱਕੇ ਨੇ ਕਿ ਯੁੱਧ ਦਾ ਸਮਾਂ ਨਹੀਂ ਹੈ। ਉਨ੍ਹਾਂ ਕਿਹਾ ਕਿ ਅਸੀਂ ਦੋਵੇਂ ਦੇਸ਼ ਅੱਤਵਾਦ ਦੀ ਸਖ਼ਤ ਨਿੰਦਾ ਕਰਦੇ ਹਾਂ। ਆਸਟਰੀਆ ਦੇ ਚਾਂਸਲਰ ਨਾਲ ਮੁਲਾਕਾਤ ਤੋਂ ਬਾਅਦ ਦੋਹਾਂ ਦੇਸ਼ਾਂ ਦੇ ਸਾਂਝੇ ਬਿਆਨ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਚਾਂਸਲਰ ਨੇਹਮੇਅਰ ਨਾਲ ਉਨ੍ਹਾਂ ਦੀ ਬਹੁਤ ਹੀ ਸਾਰਥਕ ਗੱਲਬਾਤ ਹੋਈ ਹੈ। ਉਨ੍ਹਾਂ ਕਿਹਾ ਕਿ ਅਸੀਂ ਆਪਸੀ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਨਵੀਆਂ ਸੰਭਾਵਨਾਵਾਂ ਉੱਤੇ ਚਰਚਾ ਕੀਤੀ ਹੈ ਅਤੇ ਅਸੀਂ ਫੈਸਲਾ ਕੀਤਾ ਕਿ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਰਣਨੀਤਿਕ ਦਿਸ਼ਾ ਦਿੱਤੀ ਜਾਵੇਗੀ। ਅੱਜ ਮੇਰੇ ਔਰ ਚਾਂਸਲਰ ਨੇਹਮੇਅਰ ਕੇ ਬੀਚ ਬਹੁਤ ਸਾਰਥਕ ਬਾਤਚੀਤ ਹੋਈ। ਹਮਨੇ ਆਪਸੀ ਸਹਿਯੋਗ ਕੋ ਔਰ ਮਜ਼ਬੂਤ ਕਰਨੇ ਕੇ ਲੀਏ ਨਈ ਸੰਭਾਵਨਾਓਂ ਕੀ ਪਹਿਚਾਨ ਕੀ ਹੈ। ਹਮਨੇ ਨਿਰਣੇ ਲਿਆ ਹੈ ਕਿ ਸੰਬੰਧੋਂ ਕੋ ਸਟ੍ਰੈਟੇਜਿਕ ਦਿਸ਼ਾ ਪ੍ਰਦਾਨ ਕੀ ਜਾਏਗੀ। ਆਨੇ ਵਾਲੇ ਦਸ਼ਕ ਕੇ ਲੀਏ ਸਹਿਯੋਗ ਕਾ ਖਾਕਾ ਤਿਆਰ ਕੀਆ ਗਿਆ ਹੈ। ਯਹ ਕੇਵਲ ਆਰਥਿਕ ਸਹਿਯੋਗ ਔਰ ਨਿਵੇਸ਼ ਤੱਕ ਸੀਮਿਤ ਨਹੀਂ ਹੈ। ਇਨਫਰਾਸਟ੍ਰਕਚਰ ਵਿਕਾਸ, ਇਨੋਵੇਸ਼ਨ, ਰਿਨਿਊਏਬਲ ਐਨਰਜੀ, ਹਾਈਡਰੋਜਨ, ਵਾਟਰ ਐਂਡ ਵੇਸਟ ਮੈਨੇਜਮੈਂਟ, ਆਰਟੀਫਿਸ਼ਲ ਇੰਟੈਲੀਜੈਂਸ, ਕੁਆਂਟਮ ਜੈਸੇ ਖੇਤਰੋਂ ਮੈਂ ਏਕ ਦੂਸਰੇ ਕੇ ਸਾਮਰਥ ਕੋ ਜੋੜਨੇ ਕਾ ਕਾਮ ਕੀਆ ਜਾਏਗਾ। ਮੈਨੇ ਪਹਿਲੇ ਵੀ ਕਹਾ ਹੈ ਕਿ ਯਹ ਯੁੱਧ ਕਾ ਸਮੇਂ ਨਹੀਂ ਹੈ। ਸਮੱਸਿਆਓਂ ਕਾ ਸਮਾਧਾਨ ਰਣਭੂਮੀ ਮੈਂ ਨਹੀਂ ਹੋ ਸਕਤਾ। ਕਹੀਂ ਵੀ ਹੋ ਮਾਸੂਮ ਲੋਗੋਂ ਕੀ ਜਾਨ ਕੀ ਹਾਨੀ ਸਵੀਕਾਰਯ ਨਹੀਂ ਹੈ। ਭਾਰਤ ਔਰ ਆਸਟਰੀਆ ਸ਼ਾਂਤੀ ਔਰ ਸਥਿਰਤਾ ਕੀ ਜਲਦ ਸੇ ਜਲਦ ਬਹਾਲੀ ਕੇ ਲੀਏ ਡਾਇਲੋਗ ਔਰ ਡਿਪਲੋਮੇਸੀ ਪਰ ਬਲ ਦੇਤੇ ਹੈ। ਇਸਕੇ ਲੀਏ ਹਮ ਦੋਨੋਂ ਮਿਲਕਰ ਹਰ ਸੰਭਵ ਸਹਿਯੋਗ ਦੇਣੇ ਕੇ ਲੀਏ ਤਿਆਰ ਹੈ।
ਰਾਊਜ਼ ਐਵਨਿਊ ਕੋਰਟ ਨੇ ਅੱਜ ਇੱਕ ਸਾਬਕਾ ਕਾਂਗਰਸੀ ਸੰਸਦ ਮੈਂਬਰ ਸੱਜਣ ਕੁਮਾਰ ਦੇ ਵਿਰੁੱਧ 984 ਸਿੱਖ ਕਤਲੇਆਮ ਦੇ ਮਾਮਲੇ ਵਿੱਚ ਅੰਤਿਮ ਬਹਿਸ ਦੀ ਸੁਣਵਾਈ ਟਾਲ ਦਿੱਤੀ ਕਿਉਂਕਿ ਉਹ ਹਸਪਤਾਲ ਵਿੱਚ ਦਾਖਲ ਹੈ। ਇਹ ਮਾਮਲਾ ਸਿੱਖ ਕਤਲੇਆਮ ਦੌਰਾਨ ਸਰਸਵਤੀ ਵਿਹਾਰ ਇਲਾਕੇ ਵਿੱਚ ਪਿਓ ਪੁੱਤ ਦੇ ਕਤਲ ਨਾਲ ਸੰਬੰਧਿਤ ਹੈ। ਵਿਸ਼ੇਸ਼ ਜੱਜ ਕਾਵੇਰੀ ਬਵੇਜਾ ਨੇ ਅੰਤਿਮ ਬਹਿਸ ਦੀ ਸੁਣਵਾਈ 18 ਜੁਲਾਈ ਤੱਕ ਮੁਲਤਵੀ ਕੀਤੀ ਹੈ। ਉਸਦੇ ਵਕੀਲ ਅਨਿਲ ਕੁਮਾਰ ਸ਼ਰਮਾ ਨੇ ਅਦਾਲਤ ਨੂੰ ਦੱਸਿਆ ਕਿ ਦੋਸ਼ੀ ਸੱਜਣ ਕੁਮਾਰ ਹਸਪਤਾਲ ਵਿੱਚ ਦਾਖਲ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਸ਼ੰਭੂ ਬਾਰਡਰ ਉੱਤੇ ਬਾਂਦਰਾ ਖੋਲ੍ਹਣ ਦੇ ਹੁਕਮ ਜਾਰੀ ਕੀਤੇ ਗਏ ਨੇ। ਹਾਈਕੋਰਟ ਨੇ ਕਿਹਾ ਕਿ ਹਰਿਆਣਾ ਸਰਕਾਰ ਇੱਕ ਹਫ਼ਤੇ ਦੇ ਅੰਦਰ ਅੰਦਰ ਬੈਰੀਕੇਡਿੰਗ ਹਟਾ ਲਵੇ। ਇਸ ਦੇ ਨਾਲ ਹੀ ਅਦਾਲਤ ਨੇ ਹਰਿਆਣਾ ਸਰਕਾਰ ਨੂੰ ਇੱਕ ਹਫ਼ਤੇ ਦੇ ਅੰਦਰ ਸੜਕ ਸਾਫ਼ ਕਰਨ ਅਤੇ ਬੈਰੀਕੇਡ ਹਟਾਉਣ ਦੇ ਹੁਕਮ ਦਿੱਤੇ ਨੇ। ਹਰਿਆਣਾ ਦੇ ਐਡੀਸ਼ਨਲ ਐਡਵੋਕੇਟ ਜਨਰਲ ਦੀਪਕ ਸਬਰਵਾਲ ਨੇ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਕਿਹਾ ਕਿ ਸ਼ਵਕਰਨ ਮਾਮਲੇ ਦੀ ਜਾਂਚ ਲਈ ਝੱਜਰ ਦੇ ਪੁਲਿਸ ਕਮਿਸ਼ਨਰ ਵੀ ਸਤੀਸ਼ ਬਾਲਨ ਨੂੰ SIT ਦਾ ਮੁਖੀ ਬਣਾਇਆ ਗਿਆ। ਦੱਸ ਦਈਏ ਕਿ ਕਿਸਾਨਾਂ ਨੇ ਆਪਣੀਆਂ ਮੰਗਾਂ ਕਾਰਨ ਪਿਛਲੇ 5 ਮਹੀਨਿਆਂ ਤੋਂ ਸ਼ੰਭੂ ਬਾਰਡਰ ਉੱਤੇ ਧਰਨਾ ਲਗਾਇਆ ਹੋਇਆ ਕਿਉਂਕਿ ਉਹਨਾਂ ਨੂੰ ਦਿੱਲੀ ਵੱਲ ਕੂਚ ਨਹੀਂ ਕਰਨ ਦਿੱਤਾ ਜਾ ਰਿਹਾ ਸੀ। ਕਿਸਾਨ ਲੋਕ ਸਭਾ ਚੋਣਾਂ ਤੋਂ ਪਹਿਲਾਂ ਦਿੱਲੀ ਕੂਚ ਕਰਨਾ ਚਾਹੁੰਦੇ ਸਨ। ਪੰਜਾਬ ਦੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲਿਸ ਨੇ ਇੱਥੇ 7 ਲੇਅਰ ਦੀ ਬੈਰੀਕੇਡਿੰਗ ਕੀਤੀ ਹੋਈ ਸੀ। ਹਰੇਕ ਦਾ ਰਾਈਟ ਹੈ ਉਹ ਆਪਣਾ ਪੀਸਫੁਲ ਪ੍ਰੋਟੈਸਟ ਐਟ ਇਸ ਡੈਜੀਗਨੇਟਿਡ ਪਲੇਸ ਕਰ ਸਕਦਾ ਹੈ, ਲੇਕਿਨ ਹਾਈਵੇਸ ਕੋ ਬੰਦ ਨਹੀਂ ਕੀਆ ਜਾ ਸਕਦਾ। ਜੀ ਜੀ ਜੀ। ਤੋ ਫਿਰ ਹਮਨੇ ਆਨਰੇਬਲ ਕੋਰਟ ਕੇ ਆਗੇ ਰੱਖਾ ਹੈ ਜੀ ਕਿ ਯੇ ਪੰਜਾਬ ਕੀ ਤਰਫ ਬੈਠੇ ਹੈ, ਪੰਜਾਬ ਇਨਕੋ ਪੰਜਾਬ ਗਵਰਨਮੈਂਟ ਇਨਕੋ ਵਹਾਂ ਸੇ ਏਕ ਡੈਜੀਗਨੇਟਿਡ ਪਲੇਸ ਕੇ ਲੀਏ ਉਠਾਏ, ਹਮ ਸਾਥ ਕੀ ਸਾਥ ਹੀ ਆਪਣੀ ਬੈਰੀਕੇਡਿੰਗ ਹਟਾ ਦੇਂਗੇ, ਬਿਕੋਜ਼ ਲਾਅ ਐਂਡ ਆਰਡਰ ਹਮਨੇ ਮੇਨਟੇਨ ਕਰਨਾ। ਤੋ ਆਨਰੇਬਲ ਕੋਰਟ ਨੇ ਪੰਜਾਬ ਸਰਕਾਰ ਹਰਿਆਣਾ ਸਰਕਾਰ ਦੋਨੋਂ ਕੋ ਹੀ ਨਿਰਦੇਸ਼ ਦੀਏ ਹੈ। ਹਰਿਆਣਾ ਸਰਕਾਰ ਕੋ ਯੇ ਨਿਰਦੇਸ਼ ਦੀਆ ਕਿ ਆਪ 7 ਦਿਨ ਮੇਂ ਯੇ ਬੈਰੀਕੇਡਿੰਗ ਹਟਾਓਗੇ, ਅਗਰ ਕੋਈ ਲਾਅ ਐਂਡ ਆਰਡਰ ਪ੍ਰੋਬਲਮ ਆਏਗੀ तो उसके लिए आपको परमिशन है, वट एवर प्रिवेंटिव एक्शंस यू वॉन्ट टू टेक आप ले सकते हो। ऐसी ही सिमिलर डायरेक्शंस पंजाब गवर्नमेंट को दी गई है कि वो भी लॉ एंड ऑर्डर मेंटेन करेंगे और अगर उनकी तरफ भी कोई बैरिकेडिंग है उसको भी हटाएंगे। और किसानों को हटाने के लिए हाँ जी वो लॉ एंड ऑर्डर, बिकॉज देखो अगर किसान बैठे ही रहेंगे, हम अगर बैरिकेडिंग हटा भी देते हैं तो ब्लॉकेज तो हटेगी नहीं। सो ऑर्डर्स हैं कि हाईवे को ओपन करना है। और दूसरा हमने अपने 3 ऑफिसर्स का नाम दिया था इन्वेस्टिगेट करने के लिए। लास्ट ऑर्डर में ऑनरेबल कोर्ट ने हमें बोला था कि आप अपने सीनियर ऑफिसर्स के 3 ऑफिसर्स का पैनल दीजिए, जिसमें से हम एक ऑफिसर को SIT का हेड लगाएंगे जो शुभकरण केस में इन्वेस्टिगेट को हेड करेंगे। तो उसमें हमने 3 ऑफिसर्स का नाम दिया, जिसमें से हमारे मिस्टर सतीश बालन कमिश्नर ऑफ पुलिस झज्जर, उनको SIT हेड नॉमिनेट कर दिया। ਜਲੰਧਰ ਪੱਛਮੀ ਵਿਧਾਨ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਵੋਟਿੰਗ ਪ੍ਰਕਿਰਿਆ ਅੱਜ ਅਮਨ ਅਮਾਨ ਦੇ ਨਾਲ ਮੁਕੰਮਲ ਹੋ ਗਈ ਅਤੇ ਸ਼ਾਮ 5 ਵਜੇ ਤੱਕ 51.30% ਵੋਟਿੰਗ ਹੋਈ। ਵੋਟਿੰਗ ਸਵੇਰੇ 7 ਵਜੇ ਤੋਂ ਸ਼ੁਰੂ ਹੋਈ ਸੀ ਜੋ ਸ਼ਾਮ 6 ਵਜੇ ਤੱਕ ਜਾਰੀ ਰਹੀ। ਇਸ ਸੀਟ ਉੱਤੇ ਤਿਕੋਣਾ ਮੁਕਾਬਲਾ ਮੰਨਿਆ ਜਾ ਰਿਹਾ, ਜਿਸ ਵਿੱਚ ਭਾਜਪਾ ਤੋਂ ਉਮੀਦਵਾਰ ਸਾਬਕਾ ਵਿਧਾਇਕ ਸ਼ੀਤਲ ਅੰਗੁਰਾਲ, ਆਮ ਆਦਮੀ ਪਾਰਟੀ ਤੋਂ ਭਾਜਪਾ ਦੇ ਸਾਬਕਾ ਮੰਤਰੀ ਦੇ ਪੁੱਤਰ ਮੋਹਿੰਦਰ ਭਗਤ ਅਤੇ ਕਾਂਗਰਸ ਤੋਂ ਸਾਬਕਾ ਸੀਨੀਅਰ ਡਿਪਟੀ ਮੇਅਰ ਬੇਬੀ ਸੁਰਿੰਦਰ ਕੌਰ ਉਮੀਦਵਾਰ ਨੇ। ਸਾਰੇ ਉਮੀਦਵਾਰਾਂ ਨੇ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ ਅਤੇ ਆਪਣੀ ਜਿੱਤ ਦਾ ਦਾਅਵਾ ਕੀਤਾ। ਹਰਿਆਣਾ ਦੀ ਭਾਜਪਾ ਸਰਕਾਰ ਵੱਲੋਂ ਕਰਨਾਲ ਜ਼ਿਲ੍ਹੇ ਦੇ ਅਮੂਪੁਰ ਪਿੰਡ ਵਿੱਚ ਦੇਸ਼ ਦੀ ਵੰਡ ਸਮੇਂ ਲਹਿੰਦੇ ਪੰਜਾਬ ਤੋਂ ਉਜੜ ਕੇ ਆਏ 4 ਸਿੱਖ ਪਰਿਵਾਰਾਂ ਦੇ ਘਰ ਢਾਹੁਣ ਦੀ ਕਾਰਵਾਈ ਦਾ ਨੋਟਿਸ ਲੈਂਦਿਆਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਫਦ ਨੇ ਪੀੜਤ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ ਹੈ। ਪ੍ਰਧਾਨ ਭੁਪਿੰਦਰ ਸਿੰਘ ਅਸੰਦ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ, ਬੁਲਾਰਾ ਕਮਲਜੀਤ ਸਿੰਘ ਅਜਰਾਣਾ ਅਤੇ ਹੋਰ ਅਹੁਦੇਦਾਰਾਂ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ। ਉਹਨਾਂ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪੀੜਤ ਪਰਿਵਾਰਾਂ ਦੇ ਨਾਲ ਖੜੀ ਹੈ ਅਤੇ ਕਮੇਟੀ ਇਹਨਾਂ ਸਿੱਖ ਪਰਿਵਾਰਾਂ ਨੂੰ ਘਰ ਬਣਾਉਣ ਲਈ ਜ਼ਮੀਨ ਲੈ ਕੇ ਦੇਵੇਗੀ। ਮਨ ਨੂੰ ਬੜਾ ਦੁੱਖ ਲੱਗਾ ਹੈ
ਇੰਨੀ ਢਾਹ ਢੇਰੀ ਕਰਤਾ ਹੈ ਜੋ 26 ਤਰੀਕ ਨੂੰ ਇਹ ਵਾਕਿਆ ਹੋਇਆ, ਬੜਾ ਘਟਨਾਯੋਗ ਮਾੜਾ ਨਿੰਦਣਯੋਗ ਹੋਇਆ ਹੈ ਜੋ ਸਰਪੰਚ ਸਾਹਿਬ ਨੇ ਕੀਤਾ। ਇਸ ਤਰ੍ਹਾਂ ਨਹੀਂ ਸੀ ਕਰਨਾ ਚਾਹੀਦਾ, ਕਿਸੇ ਨੂੰ ਨੋਟਿਸ ਦੇਣਾ ਚਾਹੀਦਾ ਸੀ ਜਾਂ ਇਹਨਾਂ ਨਾਲ ਕੋਈ ਗੱਲਬਾਤ ਕਰਦੇ, ਇਹਨਾਂ ਨੂੰ ਉਠਾਉਂਦੇ ਤਰੀਕੇ ਨਾਲ ਉਠਾ ਕੇ ਕੋਈ ਤਰੀਕਾ ਲੱਭਦੇ। ਇਸ ਤਰ੍ਹਾਂ ਨਹੀਂ ਸੀ ਕਰਨਾ ਜੋ ਇਹਨਾਂ ਨੂੰ ਕੀਤਾ। ਅਸੀਂ ਇਹ ਬੜੀ ਘਟਨਾ ਨਿੰਦਣਯੋਗ ਹੈ ਅਤੇ ਪੂਰੀ ਸਿੱਖ ਸਮਾਜ ਇਹਨੂੰ ਨਿੰਦਦੀ ਹੈ। ਅਸੀਂ ਬੇਨਤੀ ਕਰਨੇ ਹਾਂ, ਸਰਕਾਰ ਕੋਲ ਜਾਵਾਂਗੇ, ਟਾਈਮ ਲੈਂਦੇ ਹਾਂ, ਸਰਕਾਰ ਕੋਲ ਜਾ ਕੇ ਇਹਨਾਂ ਨੂੰ ਹੱਕ ਦਵਾਵਾਂਗੇ। ਜਿੰਨੀ ਵੀ ਇਹਨਾਂ ਦੀ ਅਸੀਂ ਮਦਦ ਕਰ ਸਕਦੇ ਹੋਏ, ਤਨ ਮਨ ਧਨ ਨਾਲ ਇਹਨਾਂ ਦੀ ਮਦਦ ਕਰਾਂਗੇ ਹਰ ਪੱਖੋਂ। ਇਹਨਾਂ ਨੂੰ ਜਿਹੜਾ ਇਹ ਨੁਕਸਾਨ ਹੋਇਆ, ਕਿੱਲਾ ਇਹਨਾਂ ਦਾ ਪੰਚਾਇਤੀ ਹੈ, ਇਹ ਇਹਨਾਂ ਨੂੰ ਜਗ੍ਹਾ ਅਸੀਂ ਭਾਵੇਂ ਸਰਕਾਰ ਤੋਂ ਦਵਾਈਏ ਭਾਵੇਂ ਅਸੀਂ ਮੁੱਲ ਲੈ ਕੇ ਦਈਏ, ਇਹ ਕਿੱਲੇ ਦੀ ਅਸੀਂ ਰਕਮ ਭਰਾਂਗੇ, ਚਾਹੇ ਤਾਂ ਅਸੀਂ ਸਰਕਾਰ ਤੋਂ ਦਵਾਂਗੇ, ਚਾਹੇ ਤਾਂ ਅਸੀਂ ਸਰਕਾਰ ਤੋਂ ਦਵਾਵਾਂਗੇ, ਦਬਾਅ ਪਾ ਕੇ ਸਰਕਾਰ ਸਾਡੀ ਹੈ, ਬਗਾਨੀ ਨਹੀਂ, ਆਪਣਾ ਭਾਈਚਾਰਾ ਹੈ ਸਾਡਾ, ਸਾਡੇ ਨਾਲ ਮਿਲਣ ਵਰਤਣ ਹੈ, ਸਾਡੀ ਸਰਕਾਰ ਹੈ, ਨਾਇਬ ਸਿੰਘ ਸੈਣੀ ਜੀ ਸਾਡੇ ਆਪਣੇ ਬੀਜੇਪੀ ਦੀ ਸਰਕਾਰ ਹੈ, ਸਾਡਾ ਬੜਾ ਲਗਾਵ ਹੈ, 100% ਤਾਂ ਅਸੀਂ ਸਰਕਾਰ ਤੋਂ ਹੀ ਲੈ ਕੇ ਦੇਵਾਂਗੇ ਇਹਨਾਂ ਨੂੰ, ਇਹ ਕਿੱਲਾ ਇਹਨਾਂ ਦੇ ਘਰ ਬਣਵਾ ਕੇ ਦੇਵਾਂਗੇ। ਬਾਈ ਚਾਂਸ ਕੋਈ ਗੱਲ ਹੁੰਦੀ ਹੈ ਫਿਰ ਸਾਨੂੰ ਜੇ ਖਰੀਦਣਾ ਪਿਆ, ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਲੋਂ ਅਸੀਂ ਇਹਨਾਂ ਨੂੰ ਖਰੀਦ ਕੇ ਦੇਵਾਂਗੇ। ਵੀ ਇੱਥੇ ਸਾਨੂੰ ਮਿਲੇ ਆ ਬਹੁਤ ਸਾਰੀਆਂ ਸੰਗਤਾਂ, ਹੋਰ ਵੀ ਆਸੇ ਪਾਸੇ ਤੋਂ ਕਾਰ ਸੇਵਾ ਵਾਲੇ ਮਹਾਂਪੁਰਸ਼ ਵੀ ਇੱਥੇ ਆਏ ਆ, ਸਾਡੇ ਸਕੱਤਰ ਰਾਜਪਾਲ ਸਿੰਘ ਹੁਣੀ ਵੀ ਇੱਥੇ ਪਹੁੰਚੇ ਹੋਏ ਆ, ਤੋਂ ਸਾਰੇ ਘਟਨਾ ਦਾ ਜਾਇਜ਼ਾ ਲਿਆ ਕਿ ਅਕਸਰ ਇਹ ਜਿਹੜੀ ਘਟਨਾ ਐਡੀ ਮੰਦਭਾਗੀ ਕਿਉਂ ਵਾਪਰੀ ਆ। ਜਿਸ ਤਰ੍ਹਾਂ ਸਰਦਾਰ ਬੂਟਾ ਸਿੰਘ, ਸਰਦਾਰ ਰਘਵੀਰ ਸਿੰਘ ਹੁਣਾਂ ਨੇ ਦੱਸਿਆ ਕਿ ਜੋ ਸਰਪੰਚ ਆ ਉਹ ਛੋਟੀ ਉਮਰ ਦੇ ਹੋਣਗਾ, ਜੇ ਪੜ੍ਹਾਈ ਕਰਦਾ ਦੇਹਰਾਦੂਨ, ਉਹਨਾਂ ਦੇ ਜਿਹੜੇ ਬਜ਼ੁਰਗ ਆ ਉਹਨਾਂ ਨੇ ਖੁੰਦਕਬਾਜ਼ੀ ਦੇ ਅੰਦਰ, ਜੋ ਭੁਪਿੰਦਰ ਰਾਣਾ ਸਾਹਿਬ ਉਹਨਾਂ ਦਾ ਨਾਂ, ਉਹਨਾਂ ਨੇ ਭੁਪਿੰਦਰ ਨੇ ਜੋ ਪੰਚਾਇਤ ਆ ਇਸ ਪਿੰਡ ਅਮੂਪੁਰ ਦੀ, ਉਹਨਾਂ ਨੇ ਖੁੰਦਕਬਾਜ਼ੀ ਵੋਟਾਂ ਦੀ ਜਿਹੜਾ ਹੈਗਾ ਰੰਜਿਸ਼ ਦੇ ਵਿੱਚ ਜਿਹੜੀ ਕਾਰਵਾਈ ਆ ਸਾਰੀ ਕਰਾਈ, ਜਦੋਂ ਕਿ 70-75 ਸਾਲ ਤੋਂ ਇਹ ਪਰਿਵਾਰ ਇੱਥੇ ਵੱਸਦਾ ਵਾ। ਬੜਾ ਦੁੱਖ ਹੋਇਆ ਕਿ ਅੱਜ ਬੱਚੇ, ਬਜ਼ੁਰਗ, ਨੌਜਵਾਨ ਜਿਹੜੇ ਦਰਖਤਾਂ ਦੀ ਸਾਵੇਂ ਬੈਠੇ ਹੋਏ ਆ। ਜੇਕਰ ਸਰਕਾਰ ਇਹਨਾਂ ਪਰਿਵਾਰਾਂ ਨੂੰ ਸਾਡੇ ਹਰਿਆਣਾ ਕਮੇਟੀ ਦੇ ਕਹਿਣ 'ਤੇ ਜਗ੍ਹਾ ਦੇ ਦੇਵੇ ਠੀਕ ਆ, ਨਹੀਂ ਤਾਂ ਜੋ ਇਹਦਾ ਮੁਆਵਜ਼ਾ ਬਣਦਾ, ਜੋ ਇਹਦੀ ਕੀਮਤ ਬਣਦੀ, ਉਹ ਵੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪੇ ਕਰਕੇ ਇਹਨਾਂ ਨੂੰ ਘਰ ਪਾਉਣ ਵਾਸਤੇ, ਭਾਵੇਂ ਉਹਦੇ 'ਤੇ ਕਿੰਨਾ ਖਰਚ ਆਵੇ, ਪਰਿਵਾਰ ਦੇ ਨਾਲ ਹਰ ਤਰ੍ਹਾਂ ਘਰ ਬਣਾਉਣ ਵਿੱਚ ਵੀ ਮਦਦ ਕਰੇਗੀ। ਔਰ ਇਹਨਾਂ ਨਾਲ ਰਸਤ ਬਸਤ ਦੀ ਪਹਿਲਾਂ ਵੀ ਸਾਡੀਆਂ ਜਿਹੜੀਆਂ ਨੇ ਆਪਣਾ ਸਟਾਫ ਜਿਹੜਾ ਹੈਗਾ ਰਸਤ ਬਸਤ ਲੈ ਕੇ ਪਹੁੰਚਿਆ, ਅਤੇ ਫਿਰ ਵੀ ਜਿਹੜਾ ਇਹਨਾਂ ਪਰਿਵਾਰਾਂ ਦੇ ਨਾਲ ਅਸੀਂ ਖੜੇ ਹਾਂ ਜਿੱਥੋਂ ਤੱਕ ਦਾ ਕੀ ਗੱਲ ਆ। ਜੋ ਇੱਥੇ ਮੰਜ਼ਰ ਤਬਾਹੀ ਦਾ ਵੇਖਿਆ ਹੈ, ਸਾਡੀਆਂ ਸਾਰੀਆਂ ਆਪਣੀਆਂ ਅੱਖਾਂ ਭਰ ਆਈਆਂ ਨੇ ਕਿ ਜੋ ਘਰ ਇਹਨਾਂ ਇਸ ਗਰੀਬ ਸਿੱਖ ਪਰਿਵਾਰਾਂ ਨੇ ਆਪਣੀ ਮਿਹਨਤ ਦੇ ਨਾਲ ਬਣਾਏ ਸਨ, ਉਹ ਪਿੰਡ ਦੀ ਪੰਚਾਇਤ ਨੇ ਢਹਿ ਢੇਰੀ ਕਰ ਦਿੱਤੇ ਨੇ। ਬੜੇ ਦੁੱਖ ਦੀ ਗੱਲ ਹੈ। ਮਾਨਯੋਗ ਪ੍ਰਧਾਨ ਸਾਹਿਬ ਭੁਪਿੰਦਰ ਸਿੰਘ ਜੀ ਸੰਧ, ਸਾਡੇ ਧਰਮ ਪ੍ਰਚਾਰ ਦੇ ਚੇਅਰਮੈਨ ਬਲਜੀਤ ਸਿੰਘ ਜੀ ਦਾਦੂਵਾਲ ਸਾਹਿਬ, ਸਾਡੇ ਸੀਨੀਅਰ ਮੀਤ ਪ੍ਰਧਾਨ ਸਹਿਗਲ ਸਾਹਿਬ, ਸਾਡੇ ਸਾਰੇ ਐਗਜੈਕਟਿਵ ਦੇ ਮੈਂਬਰ ਨਾਲ ਸਾਰੇ ਸਾਡੀ ਟੀਮ ਪਹੁੰਚੀ ਹੈ। ਇਹ ਭਾਵੇਂ ਦਾਦੂਵਾਲ ਸਾਹਿਬ ਬਾਹਰ ਵੀ ਸਨ, ਫੋਨ ਦੇ ਨਾਲ ਮੇਰੇ ਨਾਲ ਪੂਰਾ ਇਹਨਾਂ ਨੇ ਰਾਬਤਾ ਰੱਖਿਆ ਵੀ ਆਪਾਂ ਉੱਥੇ ਕਿਸ ਕਿਸ ਤਰ੍ਹਾਂ ਦੀ ਮਦਦ ਕਰ ਸਕਦੇ ਹਾਂ। ਪ੍ਰਧਾਨ ਜੀ ਨੇ ਆਦੇਸ਼ ਕੀਤਾ ਅਤੇ ਅਸੀਂ ਰਾਸ਼ਨ ਦੀ ਵੀ ਸਭ ਤੋਂ ਪਹਿਲਾਂ ਇੱਥੇ ਸੇਵਾ ਕੀਤੀ। ਸਭ ਤੋਂ ਪਹਿਲਾਂ ਇਹ ਕੁਰਕਸ਼ੇਤਰ ਆਏ, ਅੱਜ ਬਜ਼ੁਰਗੋ ਕੁਰਕਸ਼ੇਤਰ ਦੇ ਵਿੱਚ ਆਏ ਅਤੇ ਇਹਨਾਂ ਨੇ ਇੱਕ ਮੰਗ ਕੀਤੀ ਵੀ ਵਾਰ ਵਾਰ ਆ ਕੇ ਪੁਲਿਸ ਇੱਥੇ ਸਾਡੇ ਕੋਲ ਤੰਗ ਕਰ ਰਹੀ ਹੈ। ਮੈਂ ਉਸੇ ਟਾਈਮ ਪੁਲਿਸ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ, ਬਜ਼ੁਰਗੋ ਤੁਸੀਂ ਦੱਸੋ ਉਸ ਤੋਂ ਬਾਅਦ ਕੋਈ ਪੁਲਿਸ ਨੇ ਆਪ ਜੀ ਨੂੰ ਤੰਗ ਕੀਤਾ? ਨਹੀਂ ਨਹੀਂ ਬਿਲਕੁਲ।
ਹਰਿਆਣਾ ਕਮੇਟੀ ਨੇ ਉਸੇ ਟਾਈਮ ਪੁਲਿਸ ਪ੍ਰਸ਼ਾਸਨ ਨਾਲ ਵੀ ਗੱਲਬਾਤ ਕੀਤੀ, ਉਦੋਂ ਬਾਅਦ ਕਿਸੇ ਨੇ ਪੁਲਿਸ ਨੇ ਵੀ ਆ ਕੇ ਇਹਨਾਂ ਨਾਲ ਕੋਈ ਤੰਗ ਨਹੀਂ ਕੀਤਾ। ਅਸੀਂ ਬਿਲਕੁਲ ਹਰਿਆਣੇ ਦੇ ਹਰਿਆਣਾ ਕਮੇਟੀ ਹਰਿਆਣੇ ਦੇ ਸਿੱਖਾਂ ਨੂੰ ਸਮਰਪਿਤ ਹੈ, ਹਰਿਆਣਾ ਦੇ ਸਿੱਖਾਂ ਦੀ ਕਮੇਟੀ ਹੈ। ਅਸੀਂ ਆਪਣੇ ਭਰਾਵਾਂ ਦੇ ਨਾਲ ਖੜੇ ਹਾਂ, ਇਹਨਾਂ ਦੀ ਲੜਾਈ ਬਿਲਕੁਲ ਲੜਾਂਗੇ। ਜਿਵੇਂ ਕਿ ਦਾਦੂਵਾਲ ਸਾਹਿਬ ਨੇ ਦੱਸਿਆ ਕਿ ਆਪਾਂ ਉਹਨਾਂ ਦੀ ਜਿਹੜੀ ਜ਼ਮੀਨ ਹੈ, ਭਾਵੇਂ ਸਾਨੂੰ ਇਹਦਾ ਮੁਆਵਜ਼ਾ ਭਰਨਾ ਪਏ, ਭਾਵੇਂ ਸਾਨੂੰ ਮਿਹਨਤ ਨਾਲ ਸਰਕਾਰ ਤੋਂ ਲੈਣੀ ਪਏ, ਭਾਵੇਂ ਆਪਣੇ ਭਾਈਚਾਰੇ ਨਾਲ ਲੈਣੀ ਪਏ, ਕੋਸ਼ਿਸ਼ ਕਰਾਂਗੇ ਕਿ ਆਪਾਂ ਇਹਨਾਂ ਨੂੰ ਜ਼ਮੀਨ ਜਿਹੜੀ ਹੈ ਉਹ ਇਹਨਾਂ ਦੀ ਜ਼ਮੀਨ ਇਹਨਾਂ ਦੀ ਵਾਪਸ ਕਰਵਾਈਏ। ਉਹਦੇ ਨਾਲ ਨਾਲ ਜਿਹੜੇ ਮਕਾਨ ਬਣਾਉਣੇ ਨੇ ਉਸ ਤੋਂ ਬਾਅਦ ਜਿਵੇਂ ਵੀ ਸਾਡੇ ਤੋਂ ਆਰਥਿਕ ਮਦਦ ਵੀ ਹੋਏਗੀ, ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਵੱਧ ਚੜ੍ਹ ਕੇ ਇਹਨਾਂ ਦੀ ਮਦਦ ਵੀ ਕਰੇਗੀ। ਹੋਰ ਵੀ ਤੁਹਾਡੀ ਰਾਹੀਂ ਆਪਣੀ ਜਿਹੜੀ ਸਿੱਖ ਸੰਸਥਾਵਾਂ ਨੇ, ਸਾਡੇ ਕਿਸਾਨੀ ਅੰਦੋਲਨ ਵਾਲੇ ਸਾਡੇ ਵੀਰ ਨੇ, ਉਹ ਵੀ ਉਹਨਾਂ ਨੇ ਵੀ ਇੱਕ ਕੌਲ ਦਿੱਤੀ ਹੈ ਪਰਸੋਂ ਦੀ। ਮੈਂ ਬੇਨਤੀ ਕਰਨਾ ਕਿ ਸਾਰੇ ਵੱਧ ਚੜ੍ਹ ਕੇ ਉਹਦੇ 'ਚ ਵੀ ਪਹੁੰਚੋ, ਤਾਂ ਕਿ ਇੱਕ ਭਾਈਚਾਰੇ ਦੀ ਇੱਕ ਆਪਾਂ ਮਿਸਾਲ ਬਣ ਕੇ ਵਿਖਾਈਏ। ਆਪਾਂ ਆਪਣੇ ਭਰਾਵਾਂ ਦੀ ਲੜਾਈ ਲੜਨੀ ਹੈ, ਕੋਈ ਰਾਜਨੀਤੀ ਨਹੀਂ ਕਰਨ ਵਾਸਤੇ ਆਏ, ਆਪਾਂ ਇਹਨਾਂ ਦੀ ਮਦਦ ਕਰਨ ਵਾਸਤੇ ਆਏ ਹਾਂ। ਉਹ ਮਦਦ ਸਾਰੇ ਰਲ ਕੇ, ਜਦੋਂ ਕੌਮ ਰਲਦੀ ਹੈ, ਜਦੋਂ ਪੰਥ ਰਲਦਾ ਹੈ, ਤੇ ਆਪਣੇ ਆਪ ਲੜਾਈਆਂ ਜਿੱਤੀਆਂ ਜਾਂਦੀਆਂ ਨੇ। ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਇੱਥੇ ਸਾਰੇ ਜਿਵੇਂ ਪਹੁੰਚੇ ਨੇ, ਤੇ ਇਸੇ ਤਰ੍ਹਾਂ ਹਰਿਆਣਾ ਕਮੇਟੀ ਆਪਣੀ ਕੌਮ ਦੀ ਲੜਾਈ ਇਸੇ ਤਰ੍ਹਾਂ ਲੜਦੀ ਰਹੇਗੀ, ਆਪਣੀ ਕੌਮ ਦੇ ਨਾਲ ਖੜੀ ਰਹੇਗੀ। ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਲਸਟ ਏਸ਼ੀਆ ਦੀ ਸਭ ਤੋਂ ਵੱਡੀ ਦਾਣਾ ਮੰਡੀ ਖੰਨਾ ਪਹੁੰਚੇ। ਇਸ ਮੌਕੇ ਉਹਨਾਂ ਵੱਲੋਂ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਦੀ ਸ਼ੁਰੂਆਤ ਕੀਤੀ ਗਈ ਅਤੇ ਸਬਜ਼ੀ ਮੰਡੀ ਵਿੱਚ ਬੂਟੇ ਲਗਾਏ ਗਏ। ਚੇਅਰਮੈਨ ਨੇ ਕਿਹਾ ਕਿ ਇਸ ਸਾਲ ਮੰਡੀਕਰਨ ਬੋਰਡ ਦਾ ਟੀਚਾ 35,000 ਬੂਟੇ ਲਗਾਉਣ ਦਾ, ਇਸ ਲਈ ਪੰਜਾਬ ਭਰ ਦੇ ਆੜ੍ਹਤੀਆਂ ਨੂੰ ਆਪਣੀਆਂ ਦੁਕਾਨਾਂ ਦੇ ਬਾਹਰ ਬੂਟੇ ਲਗਾਉਣ ਦੀ ਅਪੀਲ ਕੀਤੀ ਗਈ ਹੈ। ਮੰਡੀਕਰਨ ਬੋਰਡ ਦੇ ਮੁਲਾਜ਼ਮਾਂ ਨੂੰ ਵੀ ਬੂਟੇ ਲਗਾਉਣ ਲਈ ਕਿਹਾ ਗਿਆ। ਖੰਨਾ ਮੰਡੀ ਦੇ ਵਿਸਤਾਰ ਨੂੰ ਲੈ ਕੇ ਆੜ੍ਹਤੀਆਂ ਨੇ ਆਪਣੀਆਂ ਮੰਗਾਂ ਰੱਖੀਆਂ। ਚੇਅਰਮੈਨ ਨੇ ਕਿਹਾ ਕਿ ਆੜ੍ਹਤੀਆਂ ਦੀ ਮੰਗ ਮੁਤਾਬਕ ਮੰਡੀ ਦਾ ਖੇਤਰ ਵਧਾਉਣ ਲਈ ਜ਼ਮੀਨ ਲਈ ਜਾਵੇਗੀ ਅਤੇ ਹਰ ਸਮੱਸਿਆ ਦਾ ਹੱਲ ਕੀਤਾ ਜਾਵੇਗਾ। ਅੱਜ ਦਾ ਸਾਡਾ ਮੇਨ ਪਰਪਸ ਹੈਗਾ ਟ੍ਰੀ ਪਲਾਂਟੇਸ਼ਨ ਸ਼ੁਰੂ ਕਰਾਉਣਾ। ਅਸੀਂ ਪਿਛਲੇ ਸਾਲ ਪੰਜਾਬ ਮੰਡੀ ਬੋਰਡ ਵੱਲੋਂ ਪੂਰੇ ਪੰਜਾਬ 'ਚ 33,000 ਦਰੱਖਤ ਲਗਵਾਏ ਨੇ। ਐਤਕੀ ਅਸੀਂ ਟੀਚਾ ਰੱਖਿਆ ਕਿ 35,000 ਦਰੱਖਤ ਹੋਰ ਲਗਾਉਣੇ ਨੇ ਪੰਜਾਬ ਦੇ ਵਿੱਚ, ਸਾਰੀਆਂ ਮੰਡੀਆਂ ਦੇ ਵਿੱਚ ਅਤੇ ਜਿੱਥੇ ਵੀ ਸਾਨੂੰ ਜਗ੍ਹਾ ਮਿਲੂ ਉੱਥੇ। ਕੱਲ੍ਹ ਮੈਂ ਭਵਾਨੀਗੜ੍ਹ ਤੋਂ ਸ਼ੁਰੂਆਤ ਕੀਤੀ ਹੈ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਦੀ। ਜਿਹੜੀ ਜ਼ਰੂਰਤ ਹੈ ਪੰਜਾਬ ਦੀ, ਕਿਉਂਕਿ ਸਾਰੇ ਵਾਤਾਵਰਨ ਦੂਸ਼ਿਤ ਹੋਇਆ ਪਿਆ, ਦਰੱਖਤ ਪੱਟੇ ਜਾ ਰਹੇ ਨੇ ਔਰ ਇਹਦੇ ਨਾਲ ਧਰਤੀ ਦਾ ਤਾਪਮਾਨ ਵੱਧ ਰਿਹਾ। ਜਿਹੜੀ ਸਾਨੂੰ ਆਕਸੀਜਨ ਮਿਲਣੀ ਚਾਹੀਦੀ ਹੈ, ਜਿੰਨੀ ਪਾਪੂਲੇਸ਼ਨ ਦਾ ਦਬਾਅ ਵੱਧ ਰਿਹਾ ਪੰਜਾਬ ਦੇ ਵਿੱਚ, ਉਨੀ ਸਾਡੇ ਕੋਲ ਦਰੱਖਤ ਨਹੀਂ ਰਹੇ, ਆਕਸੀਜਨ ਨਹੀਂ ਰਹੀ। ਇਸ ਕਰਕੇ ਅਸੀਂ ਮੰਡੀ ਬੋਰਡ ਵੱਲੋਂ ਪਲਾਨ ਕੀਤਾ ਕਿ ਸਾਰੀਆਂ ਮੰਡੀਆਂ ਦੇ ਵਿੱਚ ਜਾਂ ਹੋਰ ਥਾਵਾਂ 'ਤੇ ਸਾਰੇ ਮੰਡੀ ਬੋਰਡ ਦੇ ਮੁਲਾਜ਼ਮ ਸਾਹਿਬਾਨ, ਸਾਡੇ ਆੜ੍ਹਤੀ ਭਰਾ, ਮਜ਼ਦੂਰ ਭਰਾ, ਕਿਸਾਨ ਭਰਾ ਸਾਰੇ ਹੀ ਰਲ ਕੇ ਅਸੀਂ ਮੰਡੀਆਂ 'ਚ ਦਰੱਖਤ ਲਾਈਏ ਔਰ ਉਹਨਾਂ ਦੀ ਸੰਭਾਲ ਕਰੀਏ। ਸਾਡੇ ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਜੀ ਬੈਠੇ ਨੇ ਸਰ ਰੋਸ਼ਾ ਜੀ ਹਰਬੰਸ ਸਿੰਘ ਜੀ, ਮੈਂ ਇਹਨਾਂ ਨੂੰ ਵੀ ਬੇਨਤੀ ਕਰਦਾ ਕਿ ਸਾਰੀਆਂ ਮੰਡੀਆਂ ਦੀਆਂ ਦੁਕਾਨਾਂ ਦੇ ਅੱਗੇ ਘੱਟੋ ਘੱਟ ਆਪਣੀ ਕੋਸਟ ਦੇ ਉੱਤੇ ਤੁਸੀਂ ਦਰੱਖਤ ਲਗਾਓ ਅਤੇ ਨਾਲ ਉੱਥੇ ਹਰ ਆੜ੍ਹਤੀ 5-5 ਦਰੱਖਤ ਜ਼ਰੂਰ ਲਾਵੇ। ਅਤੇ ਸਾਡੇ ਮੰਡੀ ਬੋਰਡ ਦੇ ਮੁਲਾਜ਼ਮਾਂ ਨੂੰ ਵੀ ਮੇਰੀ ਬੇਨਤੀ ਹੈ, ਸਾਰੇ ਅਫਸਰ ਸਾਹਿਬਾਨਾਂ ਨੂੰ, ਮੁਲਾਜ਼ਮਾਂ ਨੂੰ, ਕਿ 5-5 ਬੂਟੇ ਹਰ ਪ੍ਰਾਣੀ ਜ਼ਰੂਰ ਲਾਵੇ ਔਰ ਉਹਦੇ ਟ੍ਰੀ ਗਾਰਡ ਵੀ ਤੁਸੀਂ ਆੜ੍ਹਤੀ ਸਾਹਿਬਾਨਾਂ ਨੂੰ ਬੇਨਤੀ ਹੈ ਕਿ ਪ੍ਰੋਵਾਈਡ ਕਰਾਓ ਤਾਂ ਕਿ ਅਸੀਂ ਮੰਡੀਆਂ ਨੂੰ ਹਰਾ ਭਰਾ ਬਣਾ ਸਕੀਏ। ਉਹਦੇ ਨਾਲ ਪੰਜਾਬ ਦਾ ਵਾਤਾਵਰਨ ਜਿਹੜਾ ਦੂਸ਼ਿਤ ਹੋ ਰਿਹਾ ਹੈ ਉਹ ਸ਼ੁੱਧ ਹੋ ਸਕੇ। ਸਾਡੇ ਮਾਣਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਜੀ ਨੇ ਇਹ ਪੰਜਾਬ ਦੇ ਵਿੱਚ ਸ਼ਹੀਦ ਭਗਤ ਸਿੰਘ ਹਰਿਆਵਲ ਲਹਿਰ ਦੀ ਸ਼ੁਰੂਆਤ ਕੀਤੀ ਹੈ। ਅਸੀਂ ਚਾਹੁੰਦੇ ਹਾਂ ਕਿ ਹਰ ਮਹਿਕਮੇ ਦੇ ਵਿੱਚ ਇਹ ਲਹਿਰ ਵਧੇ ਔਰ ਪੰਜਾਬ ਦਾ ਵਾਤਾਵਰਨ ਸ਼ੁੱਧ ਹੋਵੇ।
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲ ਆਗਮਨ ਪੁਰਬ ਨੂੰ ਸਮਰਪਿਤ ਪ੍ਰਬੰਧਕ ਕਮੇਟੀ ਮਹਾਨ ਸ਼ਹੀਦ ਅਮਰ ਬਾਬਾ ਸਿੱਧ ਜੀ ਗੁਰਦੁਆਰਾ ਸਾਹਿਬ ਪਿੰਡ ਸਲਾਉਦੀ ਸਿੰਘਾਂ ਦੀ ਜ਼ਿਲ੍ਹਾ ਲੁਧਿਆਣਾ ਦੇ ਸਹਿਯੋਗ ਨਾਲ 122ਵੇਂ ਸਨੀ ਓਬਰਾਏ ਕਲੀਨਿਕਲ ਲੈਬ ਅਤੇ ਡਾਇਗਨੋਸਟਿਕ ਸੈਂਟਰ ਦਾ ਉਦਘਾਟਨ ਕੀਤਾ ਗਿਆ। ਉਦਘਾਟਨ ਦੀ ਰਸਮ ਡਾਕਟਰ ਐਸ ਬੀ ਸਿੰਘ ਓਬਰਾਏ ਨੇ ਅਦਾ ਕੀਤੀ। ਇਸ ਮੌਕੇ ਡਾਕਟਰ ਓਬਰਾਏ ਦੇ ਨਾਲ ਟਰੱਸਟ ਦੀ ਲੁਧਿਆਣਾ ਇਕਾਈ ਦੇ ਪ੍ਰਧਾਨ ਜਸਵੰਤ ਸਿੰਘ ਛਾਪਾ ਮੌਜੂਦ ਰਹੇ। ਇਸ ਮੌਕੇ ਡਾਕਟਰ ਐਸ ਬੀ ਸਿੰਘ ਓਬਰਾਏ ਨੇ ਕਿਹਾ ਕਿ ਲੋਕਾਂ ਨੂੰ ਸਸਤੇ ਰੇਟਾਂ ਉੱਤੇ ਟੈਸਟਾਂ ਦੀ ਸਹੂਲਤ ਮੁਹੱਈਆ ਕਰਵਾਉਣ ਲਈ ਲੈਬੋਰੇਟਰੀ ਖੋਲ੍ਹੀ ਗਈ ਹੈ। ਉਹਨਾਂ ਕਿਹਾ ਕਿ ਉਹਨਾਂ ਦਾ ਟੀਚਾ 150 ਲੈਬੋਰੇਟਰੀ ਖੋਲ੍ਹਣ ਦਾ ਹੈ। ਉਹਨਾਂ ਇਹ ਵੀ ਕਿਹਾ ਕਿ ਟਰੱਸਟ ਵੱਲੋਂ ਸਮਾਜ ਸੇਵਾ ਦੇ ਹੋਰ ਵੀ ਕਾਰਜ ਕੀਤੇ ਜਾ ਰਹੇ ਨੇ। ਸਰਬਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲ ਪੁਰਬ ਦੇ ਉੱਤੇ ਇੱਕ ਫੈਸਲਾ ਕੀਤਾ ਗਿਆ ਸੀ ਕਿ ਇਸ ਚੀਜ਼ ਦੀ ਬਹੁਤ ਲੋੜ ਹੈ ਕਿ ਜਿੰਨੇ ਵੀ ਆਪਣੇ ਗਰੀਬ ਤਬਕਾ ਕਹਿ ਲਓ ਜਾਂ ਲੋੜਵੰਦ ਜਿਹੜੇ ਹੈਗੇ ਨੇ ਉਹ ਟੈਸਟ ਨਹੀਂ ਸੀ ਕਰਾ ਪਾ ਰਹੇ। ਅਸੀਂ ਇੱਕ ਬੀੜਾ ਚੁੱਕਿਆ ਕਿ ਅਸੀਂ ਲੈਬੋਰਟਰੀਆਂ ਖੋਲ੍ਹੀਏ। ਸੋ ਪਹਿਲਾਂ 50 ਲੈਬੋਰਟਰੀਆਂ ਦਾ ਸਾਡਾ ਇੱਕ ਟੀਚਾ ਸੀ। 50 ਲੈਬੋਰਟਰੀਆਂ ਖੋਲ੍ਹਣ ਤੋਂ ਬਾਅਦ ਅਜੇ ਅਸੀਂ ਏਰੀਆ ਕਵਰ ਨਹੀਂ ਕਰ ਪਾਏ, ਫਿਰ ਅਸੀਂ 50 ਹੋਰ ਕੀਤੀਆਂ। ਸੋ ਹੁਣ ਸਾਡੀਆਂ 100 ਤੋਂ ਉੱਤੇ ਲੈਬੋਰਟਰੀਆਂ ਜਿਹੜੀਆਂ ਇਸ ਵੇਲੇ ਚੱਲ ਰਹੀਆਂ ਨੇ। ਪੰਜਾਬ ਹੋ ਗਿਆ, ਹਰਿਆਣਾ ਹੈ, ਰਾਜਸਥਾਨ ਹੈ, ਹਰਿਆਣੇ ਵਿੱਚ, ਹਿਮਾਚਲ ਦੇ ਵਿੱਚ, ਇਹ ਸਾਰਿਆਂ ਪਾਸੇ, ਚੰਡੀਗੜ੍ਹ, ਦਿੱਲੀ, ਇਹ ਸਾਰਿਆਂ ਪਾਸੇ ਲੈਬੋਰਟਰੀਜ਼ ਚੱਲ ਰਹੀਆਂ ਨੇ। ਅਤੇ ਅੱਜ ਪਿੰਡ ਸਲੋਦੀ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ ਲੈਬੋਰਟਰੀ ਖੋਲ੍ਹੀ ਗਈ ਹੈ ਜਿਹੜੀ ਕਿ ਪਬਲਿਕ ਨੂੰ ਸਮਰਪਿਤ ਕਰ ਦਿੱਤੀ ਗਈ ਹੈ। ਇਹਦੇ ਲਈ ਮੈਂ ਸਭ ਤੋਂ ਪਹਿਲਾਂ ਤਾਂ ਗੁਰਦੁਆਰਾ ਪ੍ਰਬੰਧਕ ਕਮੇਟੀ, ਇਸ ਇਲਾਕੇ ਦੇ ਸਾਰੇ ਜਿਨ੍ਹਾਂ ਨੇ ਯੋਗਦਾਨ ਪਾਇਆ, ਇਹਨਾਂ ਸਾਰਿਆਂ ਦਾ ਮੈਂ ਧੰਨਵਾਦ ਕਰਦਾ। ਗੁਰਦੁਆਰਾ ਸਾਹਿਬ ਨੇ ਸਾਨੂੰ ਆਹ ਬਿਲਡਿੰਗ ਬਣਾ ਕੇ ਦਿੱਤੀ ਕਿ ਇੱਥੇ ਅਸੀਂ ਲੈਬੋਰਟਰੀ ਖੋਲ੍ਹ ਸਕੇ ਹਾਂ। ਸੋ ਇਸ ਤਰੀਕੇ ਨਾਲ ਸਾਡਾ ਹੁਣ 50 ਲੈਬੋਰਟਰੀਆਂ ਅਸੀਂ ਹੋਰ ਕੀਤੀਆਂ ਅੱਗੇ। ਸੋ ਸਾਡਾ ਟੀਚਾ ਜਿਹੜਾ ਉਸ ਵੇਲੇ 150 ਲੈਬੋਰਟਰੀ ਦਾ ਹੋ ਗਿਆ। ਤਕਰੀਬਨ ਰਾਜਸਥਾਨ 'ਚ ਸਾਡੀਆਂ 5 ਲੈਬੋਰਟਰੀ ਖੁੱਲ੍ਹ ਚੁੱਕੀਆਂ ਨੇ, ਅਜੇ 5 ਦਾ ਹੋਰ ਟੀਚਾ ਸਾਡਾ। ਇਸ ਅਗਲੇ ਹਫ਼ਤੇ ਵਿੱਚ ਅਸੀਂ ਉੱਥੇ ਜਿਹੜੀਆਂ 2 ਲੈਬੋਰਟਰੀਜ਼ ਖੋਲ੍ਹਣ ਹੋਰ ਜਾ ਰਹੇ ਹਾਂ। ਸੋ ਇੱਧਰੋਂ ਚੱਲਦੇ ਚੱਲਦੇ ਅਸੀਂ ਪੰਜਾਬ 'ਚ ਸਾਡੀਆਂ ਬਹੁਤ ਲੈਬੋਰਟਰੀਆਂ ਹੋ ਗਈਆਂ ਨੇ, ਹਰ 25-30 ਕਿਲੋਮੀਟਰ 'ਤੇ ਸਾਡੀ ਲੈਬੋਰਟਰੀ ਹੈਗੀ ਆ। ਸਪੈਸ਼ਲੀ ਜਿਹੜਾ ਕੰਢੀ ਦਾ ਏਰੀਆ ਕਹਿ ਲਓ, ਉਸ ਪਾਸੇ ਸਾਡਾ ਜ਼ਿਆਦਾ ਧਿਆਨ ਹੈ ਕਿ ਜਿਹੜੇ ਲੋਕਾਂ ਕੋਲ ਟਰਾਂਸਪੋਰਟੇਸ਼ਨ ਦਾ ਕੋਈ ਪੈਸਾ ਨਹੀਂ ਹੈਗਾ, ਗੱਡੀਆਂ ਨਹੀਂ ਹੈਗੀਆਂ, ਉਹ ਆ ਨਹੀਂ ਸਕਦੇ। ਸੋ ਉੱਥੇ ਸਾਡੀਆਂ ਵੈਨਾਂ ਵੀ ਲੱਗੀਆਂ ਹੋਈਆਂ ਨੇ, ਲੈਬੋਰਟਰੀਆਂ ਅਸੀਂ ਬੜੇ ਮਤਲਬ ਕਿ ਨਾ ਰਿਮੋਟ ਏਰੀਆ ਵਿੱਚ ਜਾ ਕੇ ਲੈਬੋਰਟਰੀਆਂ ਖੋਲ੍ਹੀਆਂ ਨੇ ਤਾਂ ਜੋ ਉੱਥੇ ਅਸੀਂ ਇਹਨਾਂ ਨੂੰ ਸਾਰਿਆਂ ਟੈਸਟ ਕਰ ਸਕੀਏ। ਰਾਜਸਥਾਨ 'ਚ ਹੁਣ ਅਸੀਂ ਤਕਰੀਬਨ ਬੀਕਾਨੇਰ ਤੱਕ ਅਸੀਂ ਪਹੁੰਚ ਚੁੱਕੇ ਹਾਂ, ਜਿੱਥੇ ਤੱਕ ਸਾਡੀਆਂ ਲੈਬੋਰਟਰੀਆਂ ਖੁੱਲ੍ਹ ਚੁੱਕੀਆਂ ਨੇ। ਵੈਸੇ 11 ਸਟੇਟਾਂ ਵਿੱਚ ਸਾਡੇ ਜਿਹੜੇ ਕੰਮ ਚੱਲ ਰਹੇ ਨੇ। ਅਤੇ ਹੁਣ ਕੱਲ੍ਹ ਹੀ ਸਾਡਾ ਇੱਕ ਹੋਰ ਐਗਰੀਮੈਂਟ ਸਾਈਨ ਹੋਇਆ ਕਿ ਅਸੀਂ 4 ਲੈਬੋਰਟਰੀਆਂ ਜਿਹੜੀਆਂ ਸਾਡੀਆਂ ਬੰਬੇ 'ਚ ਖੁੱਲ੍ਹ ਰਹੀਆਂ ਨੇ। ਔਰ ਬੰਬੇ 'ਚ ਕਿਸ ਤਰ੍ਹਾਂ ਕਿ ਬੰਬੇ ਤਾਂ ਬਹੁਤ ਵੱਡਾ ਹੈ, ਲੇਕਿਨ ਬੜੀ ਹੈਰਾਨੀ ਵੀ ਹੋਈ ਮੈਨੂੰ ਫਿਲਮ ਇੰਡਸਟਰੀ ਵੱਲੋਂ ਜਿਹੜਾ ਮੈਨੂੰ ਅਪਰੋਚ ਕੀਤਾ ਗਿਆ। ਤਕਰੀਬਨ ਉਹਨਾਂ ਦੇ 8 ਤੋਂ 10 ਹਜ਼ਾਰ ਇਹੋ ਜਿਹੇ ਵਰਕਰ ਹੈਗੇ ਨੇ ਜਿਹਨਾਂ ਕੋਲ ਜੋਬ ਵੀ ਨਹੀਂ ਹੈਗੀ, ਹੈਂਡ ਟੂ ਮਾਊਥ ਹੈਗੇ ਨੇ, ਟੈਸਟ ਤੱਕ ਹੀ ਕਰਾਉਣੇ ਉਹਨਾਂ ਨੇ। ਮਤਲਬ ਕਿ ਫਿਲਮ ਇੰਡਸਟਰੀ ਕਹਿਣ ਨੂੰ ਹੈ ਕਿ ਬਹੁਤ ਅਮੀਰ ਹੈ, ਲੇਕਿਨ ਜਿਹੜੇ ਅਮੀਰ ਨੇ ਬਹੁਤ ਅਮੀਰ ਨੇ, ਜਿਹੜੇ ਗਰੀਬ ਨੇ ਜਿੱਦਾਂ ਕਿ ਨਾ ਕੋਈ ਟੈਂਟ ਲਾਉਣ ਵਾਲਾ, ਕੋਈ ਸਟੇਜ ਬਣਾਉਣ ਵਾਲਾ, ਜਿਹੜੇ ਇਸ ਤਰ੍ਹਾਂ ਦੇ ਲੇਬਰ ਤਬਕਾ ਹੈਗੇ ਆ। ਸੋ ਉਹਨਾਂ ਦੀ ਜਿਹੜੇ ਕਰਨ ਲਈ ਅਸੀਂ ਤਕਰੀਬਨ 4 ਲੈਬੋਰਟਰੀਆਂ ਉਹ ਸਾਨੂੰ ਜਗ੍ਹਾ ਦੇ ਰਹੇ ਨੇ ਸਾਰੇ ਫਿਲਮ ਇੰਡਸਟਰੀ 'ਚ, ਅਤੇ 4 ਲੈਬੋਰਟਰੀਆਂ ਉੱਥੇ ਵੀ ਖੋਲ੍ਹ। ਅੰਮ੍ਰਿਤਸਰ ਪੁਲਿਸ ਨੇ ਇੱਕ ਵੱਡੀ ਸਫਲਤਾ ਹਾਸਲ ਕਰਦਿਆਂ ਜਾਲੀ ਅਸਲਾ ਲਾਇਸੈਂਸ ਰੈਕਟ ਚਲਾਉਣ ਵਾਲੇ 8 ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਬਰਾਮਦਗੀ ਵਿੱਚ 6 ਜਾਲੀ ਆਰਮ ਲਾਇਸੈਂਸ ਅਤੇ ਆਧਾਰ ਕਾਰਡ, 7 ਪਿਸਤੌਲ, ਰਿਵਾਲਵਰ, ਡਬਲ ਬੈਰਲ ਰਾਈਫਲ, ਜਾਲੀ ਦਸਤਾਵੇਜ਼ਾਂ ਦੇ ਵੇਰਵਿਆਂ ਵਾਲਾ ਇੱਕ ਲੈਪਟਾਪ ਮਿਲਿਆ। ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ ਉੱਤੇ ਕਾਰਵਾਈ ਕੀਤੀ ਗਈ, ਜਿਸ ਦੌਰਾਨ ਗੈਰ ਕਾਨੂੰਨੀ ਤਰੀਕੇ ਨਾਲ ਆਪਣਾ ਅਸਲ ਲਾਇਸੈਂਸ ਬਣਾਉਣ ਵਾਲੇ 6 ਲੋਕਾਂ ਅਤੇ ਲਾਇਸੈਂਸ ਬਣਾਉਣ ਵਾਲੇ 2 ਮੁਲਜ਼ਮਾਂ ਨੂੰ ਕਾਬੂ ਕੀਤਾ ਗਿਆ। ਕਮਿਸ਼ਨਰੇਟ ਪੁਲਿਸ ਦੇ ਸਾਡੇ SHO ਗੇਟ ਹਕੀਮਾਂ ਕੋਈ ਮੁਕੱਦਮੇ ਦੀ ਤਫਤੀਸ਼ ਕਰ ਰਹੇ ਸੀ, ਜਿਨ੍ਹਾਂ ਦੀ ਸੁਪਰਵਿਜ਼ਨ ACP ਸੈਂਟਰਲ ਅਤੇ ADCP ਜਿਹੜੇ ਵਨ ਦਰਪਨ ਆਲੂਵਾਲੀਆ ਜੀ ਕਰ ਰਹੇ ਸੀ। ਉਸ ਤਫਤੀਸ਼ ਦੇ ਦੌਰਾਨ ਇਹਨਾਂ ਨੂੰ ਇਨਵੈਸਟੀਗੇਸ਼ਨ ਦੌਰਾਨ ਇੱਕ ਕੋਈ ਸ਼ੱਕ ਜ਼ਾਹਰ ਹੋਇਆ ਅਤੇ ਨਾਲ ਇਹਨਾਂ ਨੂੰ ਇਨਫੋਰਮੇਸ਼ਨ ਮਿਲੀ ਵੀ ਕੁਛ ਵਿਅਕਤੀ ਜਿਹੜੇ ਅੰਮ੍ਰਿਤਸਰ ਦੇ ਵਿਅਕਤੀ ਨੇ
ਉਹ ਰਲ ਕੇ ਉਹਨਾਂ ਦਾ ਇੱਥੋਂ ਦਾ ਕੋਈ ਕ੍ਰਿਮੀਨਲ ਰਿਕਾਰਡ ਹੈਗਾ ਇੱਥੇ ਉਹਨਾਂ ਦੇ ਲਾਇਸੈਂਸ ਕਿਸੇ ਕਾਰਨ ਕਰਕੇ ਨਹੀਂ ਬਣ ਸਕਦੇ, ਉਹ ਤਰਨ ਤਾਰਨ ਡਿਸਟ੍ਰਿਕਟ ਦੇ ਉੱਥੋਂ ਦੇ ਕਿਸੇ ਵਿਅਕਤੀਆਂ ਦੇ ਨਾਲ ਰਲ ਕੇ ਆਪਣੇ ਫੇਕ ਆਰਮਜ਼ ਲਾਇਸੈਂਸ ਤਿਆਰ ਕਰਦੇ ਨੇ ਅਤੇ ਉਹ ਲੈ ਕੇ ਆਪਣੇ ਵੈਪਨ ਉਹਨਾਂ ਦੇ ਚੜਾਉਂਦੇ ਨੇ। ਉਹਨਾਂ ਦਾ ਇਹਨਾਂ ਨੇ ਮੁਕੱਦਮਾ ਦਰਜ ਕਰਕੇ ਫਰਦਰ ਇਨਵੈਸਟੀਗੇਸ਼ਨ ਦੌਰਾਨ ਇਹ ਗੱਲ ਪਾਈ ਵੀ ਇੱਕ ਫੋਟੋਸਟੈਟ ਸ਼ੋਪ ਹੈ ਜਿਹੜਾ ਸੁਵਿਧਾ ਕੇਂਦਰ ਤਰਨ ਤਾਰਨ ਦੇ ਬਾਹਰ ਹੈਗਾ, ਇਵੇਂ ਇੱਕ ਸੇਵਾ ਕੇਂਦਰ ਦਾ ਇੱਕ ਉਹਨਾਂ ਦਾ ਡਿਸਟ੍ਰਿਕਟ ਮੈਨੇਜਰ ਹੈਗਾ ਅਤੇ ਇੱਕ ਉਹਨਾਂ ਦਾ ਹੋਰ ਕਰਮਚਾਰੀ ਆ, ਉਹ ਆਪਣੇ ਆਪ ਇੱਥੋਂ ਦੇ ਵਿਅਕਤੀਆਂ ਦੇ ਜਾਅਲੀ ਆਧਾਰ ਕਾਰਡ ਬਣਵਾ ਕੇ ਉੱਥੇ ਜਾਲਸਾਜ਼ੀ ਕਰਕੇ ਫੇਕ ਆਰਮਜ਼ ਲਾਇਸੈਂਸ ਤਿਆਰ ਕਰਕੇ ਇਹਨਾਂ ਨੂੰ ਦਿੰਦੇ ਸੀ ਅਤੇ ਇਹ ਉਹਦੇ ਆਧਾਰ 'ਤੇ ਜਿਹੜਾ ਇਹ ਬੰਦੇ ਆ ਜਿਹੜੇ ਇਹ ਆਪਣਾ ਅਸਲਾ ਖਰੀਦਦੇ ਸੀ, ਅਸਲਾ ਖਰੀਦ ਕੇ ਉਹਦੇ ਚੜਾ ਲੈਂਦੇ ਸੀ। ਉਸ ਲੜੀ ਦੇ ਵਿੱਚ ਇਹਨਾਂ ਨੇ ਤਫਤੀਸ਼ ਕਰਕੇ ਅਜੇ 6 ਜਿਹੜੇ ਲਾਇਸੈਂਸ ਆ ਉਹ ਸਾਬਤ ਹੋ ਗਏ ਵੀ ਇਹ ਜਾਅਲੀ ਨੇ, ਉਹਨਾਂ ਨੇ ਤਿਆਰ ਕਰਵਾਏ ਨੇ। ਇਹਨਾਂ ਨੇ ਉਸ 6 ਲਾਇਸੈਂਸਾਂ 'ਤੇ 7 ਜਿਹੜੇ ਵੈਪਨ ਆ ਉਹ ਇਹਨਾਂ ਨੇ ਉਹ ਰਿਕਵਰ ਕਰਕੇ, ਉਹ ਡਰਾਈਵਿੰਗ ਜਿਹੜੇ ਅਸਲਾ ਲਾਇਸੈਂਸ ਸੀਗੇ ਉਹ ਵੀ ਰਿਕਵਰ ਕਰ ਲਏ ਨੇ ਅਤੇ ਉਹਦੇ ਵਿੱਚੋਂ ਲੈਪਟੋਪ, ਹੋਰ ਜਿਹੜੇ ਫੌਜ ਲਾਇਸੈਂਸ ਜਿਹੜੇ ਸੋਫਟਵੇਅਰ ਦੀਆਂ ਹੋਰ ਕਾਪੀਆਂ ਸੀ ਉਹ ਇਹਨਾਂ ਨੇ ਰਿਕਵਰ ਕਰ ਲਈਆਂ, ਇਹ ਤਫਤੀਸ਼ ਕਰ ਰਹੇ ਨੇ। ਇਹਦੇ 'ਚ ਇਹਨਾਂ ਨੇ ਕੁੱਲ 8 ਬੰਦੇ ਅਰੈਸਟ ਕਰ ਲਏ ਨੇ, ਜਿਨ੍ਹਾਂ 'ਚੋਂ 6 ਬੰਦੇ ਨੇ ਜਿਹੜੇ ਲਾਇਸੈਂਸ ਹੋਲਡਰਸ ਨੇ ਜਿਨ੍ਹਾਂ ਨੇ ਜਾਅਲੀ ਲਾਇਸੈਂਸ ਇਹ ਜਾਣਦੇ ਹੋਏ ਪਤਾ ਹੁੰਦੇ ਹੋਏ ਵੀ ਉੱਥੋਂ ਦੇ ਵਸਨੀਕ ਨਹੀਂ ਇਹ ਅੰਮ੍ਰਿਤਸਰ ਦੇ ਵਸਨੀਕ ਨੇ ਅਤੇ ਇਹ ਉੱਥੇ ਆਪਣੇ ਲਾਇਸੈਂਸ ਬਣਵਾ ਰਹੇ ਨੇ, ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਇੱਕ ਬਲਜੀਤ ਸਿੰਘ ਜਿਹੜਾ ਕਿ ਪ੍ਰਾਈਵੇਟ ਸਾਈਬਰ ਕੈਫੇ ਓਨਰ ਆ, ਉਹ ਜਿਹੜਾ ਆਰਮਜ਼ ਲਾਇਸੈਂਸਾਂ ਦੇ ਆਧਾਰ ਕਾਰਡ ਦੇ ਜਿਹੜੇ ਫਰਜ਼ੀ ਜਿਹੜੇ ਉਹ ਉੱਥੇ ਡਾਕੂਮੈਂਟ ਤਿਆਰ ਕਰਦਾ ਸੀ ਉਹਨੂੰ ਗ੍ਰਿਫਤਾਰ ਕਰ ਲਿਆ। ਇਸੇ ਤਰ੍ਹਾਂ ਹਰਪਾਲ ਸਿੰਘ ਆ ਜਿਹੜਾ ਉੱਥੇ ਸੇਵਾ ਕੇਂਦਰ ਦਾ ਇੰਪਲਾਈ ਸੀ, 2018 ਤੋਂ ਸੇਵਾ ਕੇਂਦਰ ਡਿਸਟ੍ਰਿਕਟ ਤਰਨ ਤਾਰਨ ਪਿੱਧੀ ਵਿਖੇ ਕੰਮ ਕਰਦਾ ਸੀਗਾ। ਇਹਨਾਂ ਨੇ ਟੋਟਲ 8 ਬੰਦੇ ਜਿਹੜੇ ਆ ਉਹ ਗ੍ਰਿਫਤਾਰ ਕਰ ਲਏ ਅਤੇ ਉਹਨਾਂ ਦਾ ਇੱਕ ਮੈਨੇਜਰ ਹੈ ਸੂਰਜ ਭੰਡਾਰੀ ਜਿਹੜਾ ਕਿ ਕਿੰਗ ਪਿੰਨ ਹੈ ਇਸਦਾ, ਉਹ ਨੋਮੀਨੇਟ ਕਰ ਲਿਆ, ਉਹ ਭੱਜਿਆ ਹੋਇਆ, ਉਹਨੂੰ ਜਲਦੀ ਗ੍ਰਿਫਤਾਰ ਕਰ ਲਾਂਗੇ। ਇਸ ਤਰ੍ਹਾਂ ਉਹਦੀ ਗ੍ਰਿਫਤਾਰੀ ਤੋਂ ਬਾਅਦ ਹੋਰ ਕਿੰਨੇ ਜਿਹੜੇ ਜਾਅਲੀ ਜਿਹੜੇ ਲਾਇਸੈਂਸ ਬਣਾਏ ਨੇ, ਕਿੰਨੇ ਕਿਹਨੇ ਵੈਪਨ ਚੜਾਏ ਨੇ ਅਤੇ ਹੋਰ ਕੌਣ ਕੌਣ ਇਨਵੋਲਵ ਹੈਗਾ, ਉਹ ਇਹਦੀ ਅਸੀਂ ਫੋਰੈਂਸਿਕ ਅਤੇ ਟੈਕਨੀਕਲ ਇਨਵੈਸਟੀਗੇਸ਼ਨ ਦੌਰਾਨ ਹੋਰ ਜੋ ਵੀ ਤੱਥ ਸਾਹਮਣੇ ਆਉਣਗੇ ਉਹ ਇਨਵੈਸਟੀਗੇਸ਼ਨ ਦੌਰਾਨ ਕੇਸ ਫਾਈਲ 'ਤੇ ਲੈ ਕੇ ਉਹਨਾਂ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਕਰਾਂਗੇ। ਪ੍ਰਸ਼ਾਸਨ ਵੱਲੋਂ ਸਮਰਾਲਾ ਦੇ ਨੇੜਲੇ ਪਿੰਡ ਗੜੀ ਤਰਖਾਣਾ ਤੋਂ ਪਿੰਡ ਢੰਡੇ ਤੱਕ ਬਰਸਾਤੀ ਡਰੇਨ ਬਣਾਉਣ ਦਾ ਮਾਮਲਾ ਕੁਝ ਦਿਨਾਂ ਤੋਂ ਗਰਮਾਇਆ ਹੋਇਆ। ਇਸ ਸੰਬੰਧ ਵਿੱਚ BKU ਕਾਦੀਆਂ ਵੱਲੋਂ ਬਰਸਾਤੀ ਡਰੇਨ ਦਾ ਕੰਮ ਸ਼ੁਰੂ ਕਰਵਾਉਣ ਲਈ ਪਿੰਡ ਗੜੀ ਦੇ ਕੋਲ ਖੰਨਾ ਨਵਾਂ ਸ਼ਹਿਰ ਰੋਡ ਉੱਤੇ ਟਰੈਕਟਰ ਟਰਾਲੀਆਂ ਲਗਾ ਕੇ ਸੜਕ ਜਾਮ ਕਰਕੇ ਧਰਨਾ ਦਿੱਤਾ ਗਿਆ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਮੌਨਸੂਨ ਸਿਰ ਉੱਤੇ ਅਤੇ ਪਾਣੀ ਦੀ ਮਾਰ ਦੇ ਕਿਸੇ ਸੰਭਾਵੀ ਖਤਰੇ ਨਾਲ ਨਜਿੱਠਣ ਲਈ ਡਰੇਨ ਬਣਾਉਣ ਦਾ ਕੰਮ ਚੱਲ ਰਿਹਾ ਸੀ, ਪਰ ਜਿਨ੍ਹਾਂ ਲੋਕਾਂ ਨੇ ਡਰੇਨ ਦੀ ਥਾਂ ਉੱਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਉਹਨਾਂ ਵੱਲੋਂ ਇਸ ਦਾ ਕੰਮ ਰੁਕਵਾ ਦਿੱਤਾ ਗਿਆ, ਜਿਸ ਨੂੰ ਮੁੜ ਸ਼ੁਰੂ ਕਰਵਾਉਣ ਲਈ ਉਹਨਾਂ ਨੂੰ ਧਰਨਾ ਦੇਣਾ ਪਿਆ। ਧਰਨਾਕਾਰੀ ਨੇ ਕਿਹਾ ਕਿ ਜਦੋਂ ਤੱਕ ਉਹਨਾਂ ਦੀ ਮੰਗ ਪੂਰੀ ਨਹੀਂ ਹੋਵੇਗੀ ਤਦ ਤੱਕ ਉਹਨਾਂ ਦਾ ਧਰਨਾ ਇਸੇ ਤਰ੍ਹਾਂ ਚੱਲਦਾ ਰਹੇਗਾ। ਦੇਖੋ, ਇਹ 'ਚ ਸਾਡਾ ਜਿਹੜਾ ਮੁੱਖ ਕਾਰਨ ਆ ਵੀ ਸਾਡੇ ਇੱਕ ਡਰੇਨ ਜਾਂਦੀ ਆ ਊਰਨੇ ਤੋਂ ਲੈ ਕੇ ਆਪਣੇ ਢੰਡਿਆ ਸੈਫਨ ਤੱਕ, ਉਹਦਾ ਅਸੀਂ ਬੜੇ ਲੰਬੇ ਸਮੇਂ ਤੋਂ ਸੰਘਰਸ਼ ਲਾ ਰਹੇ ਹਾਂ, ਉਹਦੇ ਉੱਤੇ ਨਜਾਇਜ਼ ਕਬਜ਼ੇ ਕਰੇ ਹੋਏ ਨੇ ਲੋਕਾਂ ਦੀ, ਕਿਉਂਕਿ ਜਦ ਵੀ ਹਰ ਸਾਲ ਬਾੜ ਆਉਂਦੀ ਆ ਸਾਡੇ ਇਲਾਕੇ ਦੇ ਵਿੱਚ ਹਜ਼ਾਰਾਂ ਏਕੜ ਪਾਣੀ ਦੇ ਨਾਲ ਫਸਲ ਖਰਾਬ ਹੋ ਜਾਂਦੀ ਆ। ਅਸੀਂ ਲੰਬੇ ਸਮੇਂ ਤੋਂ ਸੰਘਰਸ਼ ਲੜ ਕੇ ਇਹਦਾ ਕੰਮ ਚਲਵਾਇਆ ਸੀ, ਪਰ ਕੱਲ੍ਹ ਫਿਰ ਉੱਥੇ ਮਿਣਤੀ ਦਾ ਵੀ ਕੰਮ ਰੋਕ ਦਿੱਤਾ ਗਿਆ ਵਾ ਅਤੇ ਕੰਮ ਬੰਦ ਆ। ਅਸੀਂ ਉਸ ਰੋਸ ਵਜੋਂ ਅੱਜ ਧਰਨਾ ਲਾਇਆ ਗਿਆ। ਪ੍ਰਸ਼ਾਸਨ ਨੇ ਸਾਨੂੰ ਕੱਲ੍ਹ ਉੱਧਰ ਭਰੋਸਾ ਦਿੱਤਾ ਸੀ ਵੀ ਕੰਮ ਚਲਾਵਾਂਗੇ, ਮਿਣਤੀ ਕਰਾਵਾਂਗੇ, ਪਰ ਮਿਣਤੀ ਦਾ ਕੰਮ ਬੰਦ ਹੋ ਗਿਆ, ਕੱਲ੍ਹ ਕੋਈ ਨਹੀਂ ਮਿਣਤੀ ਅੱਗੇ।
ਤੇ ਗੜੀ ਪਿੰਡੇ ਮਸ਼ੀਨਾਂ ਚੱਲੀਆਂ ਨੇ ਉੱਥੋਂ ਗਾਹਾਂ ਬੰਦ ਆ ਕਿਉਂਕਿ ਬਾਰਿਸ਼ ਦਾ ਟਾਈਮ ਆ, ਕਦੇ ਵੀ ਬਾਰਿਸ਼ ਆ ਸਕਦੀ ਆ ਤੇ ਕੁਝ ਜਿਹੜੇ ਨਜਾਇਜ਼ ਕਬਜ਼ੇ ਨੇ ਉਹਨਾਂ ਨੂੰ ਹਜੇ ਟਾਇਆ ਨਹੀਂ ਗਿਆ। ਅੰਮ੍ਰਿਤਸਰ ਵਿੱਚ ਅੱਜ ਭਾਰੀ ਮੀਂਹ ਪੈਣ ਤੋਂ ਬਾਅਦ ਤਾਪਮਾਨ ਵਿੱਚ ਗਿਰਾਵਟ ਆਈ ਹੈ। ਉੱਥੇ ਸੰਗਤ ਬੜੇ ਉਤਸ਼ਾਹ ਦੇ ਨਾਲ ਸ਼੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚ ਰਹੀ ਹੈ। ਮੀਂਹ ਮੌਕੇ ਸ਼੍ਰੀ ਦਰਬਾਰ ਸਾਹਿਬ ਦੇ ਮਨਮੋਹਕ ਦ੍ਰਿਸ਼ ਕੈਮਰੇ ਵਿੱਚ ਕੈਦ ਹੋਏ ਨੇ, ਜਿਨ੍ਹਾਂ ਨੂੰ ਵੇਖ ਕੇ ਹਰ ਕੋਈ ਆਨੰਦਿਤ ਮਹਿਸੂਸ ਕਰ ਰਿਹਾ ਹੈ। ਮਾਨਸਾ ਦੇ ਕੌਂਸਲਰ ਪ੍ਰੇਮ ਸਾਗਰ ਭੋਲਾ ਵੱਲੋਂ ਮਾਨਸਾ ਨਗਰ ਕੌਂਸਲ ਵਿੱਚ NOC ਕਾਪਲੇ ਅਤੇ ਹੋਰ ਕਈ ਕੰਮਾਂ ਵਿੱਚ ਰਿਸ਼ਵਤ ਲੈਣ ਸੰਬੰਧੀ ਦਿੱਤੀ ਗਈ ਸ਼ਿਕਾਇਤ ਉੱਤੇ ਚੰਡੀਗੜ੍ਹ ਵਿਜੀਲੈਂਸ ਨੇ ਨਗਰ ਕੌਂਸਲ ਦੇ NOC ਰਿਕਾਰਡ ਨਾਲ ਸੰਬੰਧਿਤ ਸਾਰੇ ਦਸਤਾਵੇਜ਼ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕੀਤੀ ਹੈ। ਕੌਂਸਲਰ ਨੇ ਦਾਅਵਾ ਕੀਤਾ ਕਿ ਇੱਥੇ ਵੱਡੀ ਪੱਧਰ 'ਤੇ ਭ੍ਰਿਸ਼ਟਾਚਾਰ ਹੋਇਆ, ਜਿਸ ਸੰਬੰਧੀ ਉਹਨਾਂ ਨੇ ਸ਼ਿਕਾਇਤ ਦਿੱਤੀ ਸੀ, ਜਿਸ ਦੀ ਜਾਂਚ ਹੁਣ ਸ਼ੁਰੂ ਹੋਈ ਹੈ। ਕਈ ਤਰ੍ਹਾਂ ਦੀਆਂ ਸ਼ਿਕਾਇਤਾਂ ਅਸੀਂ ਇਹਨਾਂ ਨੂੰ ਕੀਤੀਆਂ, ਵਿਜੀਲੈਂਸ ਮੰਤਰੀ ਸਾਹਿਬ ਨੂੰ ਮਿਲੇ, ਮੰਤਰੀ ਸਾਹਿਬ ਨੇ ਵਿਜੀਲੈਂਸ ਨੂੰ ਡਿਪਾਰਟਮੈਂਟ ਆ ਜਿਹੜਾ, ਮੰਤਰੀ ਸਾਹਿਬ ਨੇ ਡਾਇਰੈਕਟਰ ਸਾਹਿਬ ਨੂੰ ਮਾਰਕ ਕੀਤੀ, ਡਾਇਰੈਕਟਰ ਸਾਹਿਬ ਨੇ ਲੋਕਲ ਬਾਡੀ ਦੀਆਂ ਨੇ CVO ਸਾਹਿਬ ਦੀ ਡਿਊਟੀ ਲਾਈ ਅਤੇ ਇਹ ਟੀਮ ਅੱਜ ਆਈ ਹੈ। ਇਹਦੇ ਵਿੱਚ ਵੱਡੇ ਵੱਡੇ NOC ਦਾ ਘਪਲਾ ਹੋਇਆ, ਜਿਵੇਂ ਪੇਮੈਂਟਾਂ ਦੇ ਘਪਲੇ ਨੇ, ਜਿਵੇਂ ਇਹਨਾਂ ਨੇ ਬਿਜਲੀ ਦੇ ਟੈਂਡਰ ਲੱਗੇ ਹੋਏ ਨੇ ਉਹਦੀਆਂ ਕੋਟੇਸ਼ਨਾਂ ਪਾ ਕੇ ਇਹਨਾਂ ਨੇ ਕੰਮ ਕੀਤੇ ਨੇ। ਜਦੋਂ ਜੀ ਟੈਂਡਰ ਲੱਗਿਆ ਹੁੰਦਾ ਉਦੋਂ ਕੋਟੇਸ਼ਨ ਆਪਾਂ ਲਾ ਨਹੀਂ ਸਕਦੇ। ਇਹਦੇ ਵਿੱਚ ਬਹੁਤ ਵੱਡੇ ਵੱਡੇ ਘਪਲੇ ਨੇ, ਕਈ ਮਹੀਨਿਆਂ ਤੋਂ ਅਸੀਂ ਸ਼ਿਕਾਇਤ ਕਰਦੇ ਆ ਰਹੇ ਸੀ, ਪਰ ਅੱਜ ਇਹ ਸਾਡੀ ਸ਼ਿਕਾਇਤ ਲਈ ਇੱਥੇ ਇਨਕੁਆਇਰੀ ਕਰਨ ਆ ਰਹੇ ਨੇ। ਅੱਜ ਸਾਰਾ ਕੁਝ ਇੱਕ ਪਰਦਾ ਪਾਸ਼ ਹੋ ਜੂਗਾ ਵੀ ਕਿੰਨੇ ਘਪਲੇ ਇਹਨਾਂ ਨੇ ਇੱਥੇ ਨਗਰ ਕੌਂਸਲ ਕੀਤੇ ਨੇ। NOCਆਂ ਦੇ ਬਹੁਤ ਵੱਡੇ ਘਪਲੇ ਨੇ, ਨਕਸ਼ਿਆਂ ਦੇ ਵਿੱਚ ਬਹੁਤ ਵੱਡੇ ਘਪਲੇ ਨੇ, ਹੋਰ ਕਈ ਕੰਮਾਂ ਦੇ ਵਿੱਚ ਬਹੁਤ ਘਪਲੇ ਨੇ। ਪੰਜਾਬੀ ਖਬਰਾਂ ਦੇ ਇਸ ਬੁਲੇਟਿਨ ਵਿੱਚ ਫਿਲਹਾਲ ਨਹੀਂ ਜਾਂਦੇ ਨਜ਼ਰ ਮਾਰਦੇ ਹਾਂ ਮੌਸਮ ਦੇ ਹਾਲ 'ਤੇ। ਤੁਸੀਂ ਬਣੇ ਰਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ। ਧੰਨਵਾਦ।